أعوذ بالله من الشيطان اللئيم الرجيم بسم الله الرحمن الرحيم إنما يريد الله ليذهب عنكم الرجس أهل البيت ويطهركم تطهيرا آل محمد کی ذات پہ بلند صلوات آنکھوں سے جو غازی کا روزہ نظر آتا ہے آنکھوں سے جو غازی کا روزہ نظر آتا ہے دل سے جو میں دیکھوں تو کعبہ نظر آتا ہے آنکھوں سے جو غازی کا روزہ نظر آتا ہے دل سے جو میں دیکھوں تو کعبہ نظر آتا ہے میں مانتا ہوں یہ رزق علی کا ہے لیکن پانی مجھے غازی تیری جاگیر نظر آتا ہے نعرہ تکبیر نعرہ رسالت یک زبان کل ایمان نعرہ حیدری مخلوق کے سلطان کی تسکین ہے زہرا مخلوق کے سلطان کی تسکین ہے زہرا اور یاسین بھی کہتی ہے کہ یاسین ہے زہرا اسلام نے سیدہ کی فضیلت میں کہا ہے میں دین محمد ہوں میرا دین ہے زہرا پاک سیدہ کی ذات پہ باواز بلند صلوات مومنین سے گزارش ہے کہ مجلس کا آغاز ہو چکا ہے جو جو مومنین باہر تشریف فرما ہے ان سے گزارش ہے کہ پنڈال میں تشریف لے آئیں خوشبو نہ آئے جس سے وہ کاغذ کا پھول ہے خوشبو نہ آئے جس سے وہ کاغذ کا پھول ہے اور حب علی نہ ہو تو عبادت فضول ہے سنا سب نے یہ صاف قول رسول ہے علی کے عشق سے جو دامن بچائے گا علی کے عشق سے جو دامن بچائے گا کعبے میں بھی مرے گا تو جہنم میں جائے گا اب میں دعوت دے رہا ہوں ممبر مظلوم کربلا پہ آنے کی سعادت حاصل کریں گے ذاکر سید قائم علی شاہ صاحب نعرہ تکبیر نعرہ رسالت یک زبان کل ایمان نعرہ حیدری بر محمد و آل محمد صلوات دعائے امام زمانہ اللہم کل ولیہ کل حجت ابن الحسن صلواتک علیہ و علی آبائہ فی حاضر سات و فی کل سات و
وَعَلِيٌّ وَحَافِظٌ وَقَائِدٌ وَنَاصِرَيْنَ حَتَّى تُسْكَنَهُ وَرْزَقَاتُ وَأَتْمَتِيَهُ فِيهَا طَوِيلًا اللَّهُمَّ صَلِّ عَلَى مُحَمَّدٍ وَآلِ مُحَمَّدٍ نعرہ تکبیر نعرہ تکبیر نعرہ رسالت نعرہ رسالت نعرہ حیدری حیدری حسینیت حسینیت یزیدیت یزیدیت صلوات پڑھو سارے مل کر اجازت ہے نوکری شروع کراں اج دن فضائل دینی ہے تو اس وجہ تو میں مصائب ہی شروع کر رہا ہوں دو کٹھے ہوئے پتر شبیر چائے دو کٹھے ہوئے پتر شبیر چائے ਇੱਕ ਹਸਨ ਦਾ ਚੰਨ ਹਾਏ ਦੋ ਕੁੱਠੇ ਹੋਏ ਪੁੱਤਰ ਸ਼ਬੀਰ ਚਾਏ ਵਿੱਚ ਕਰਬਲ ਦੇ ਮੈਦਾਨੇ ਵੋ ਇੱਕ ਹਸਨ ਦਾ ਚੰਨ ਹਾਏ ਸਿਹਰਿਆਂ ਵਾਲਾ ਦੂਜਾ ਸੋਹਣਿਆਂ ਦਾ ਸੁਲਤਾਨ ਆਂਦਾ ਪਿਆ ਕਾਸਮ ਦੀ ਲਾਸ਼ ਨੂੰ ਇੰਜ ਚਾਇਆ ਏ ਜਿਵੇਂ ਕਾਰੀ ਚਾਂਦਾ ਕੁਰਾਨੇ ਵੋ ਅਲੀ ਅਕਬਰ ਦੀ ਲਾਸ਼ ਤੇ ਢਿੱਲ ਲੱਗ ਗਈ ਪਿਓ ਬਡਰਾ ਪੁੱਤਰ ਜਵਾਨ ਅੱਲਾਹੁ ਅਕਬਰ ਤਾਂ ਸੱਯਦ ਆਂਦਾ ਅਕਬਰਾ ਮੇਰੇ ਕਮਰ ਟੁੱਟ ਗਈ ਆ ਥੋੜ੍ਹੇ ਜਿਹੇ ਵਕਤ ਵਿੱਚ ਮੈਂ ਤਾਂ ਉਹਨਾਂ ਨੂੰ ਸਾਰਾ ਮਜ਼ਮੂਨ ਛੱਡ ਦਿੱਤਾ ਅਲੀ ਅਕਬਰ ਨੂੰ ਬਰਛੀ ਲੱਗ ਗਈ ਜ਼ੀਨ ਤੋਂ ਜ਼ਮੀਨ 'ਤੇ ਆ ਗਿਆ ਹੁਸੈਨ ਦਾ ਲਾਲ ਹੁਸੈਨ ਬਾਦਸ਼ਾਹ ਆਪਣੇ ਪੁੱਤਰ ਕੋਲੇ ਬਹੁ ਔਖਾ ਗਏ ਨੇ ਅਗਾ ਮਲਸੀ ਕਹਿੰਦੇ ਨੇ ਇੱਕ ਜੁਮਲੇ ਵਿੱਚ ਉਹਨਾਂ ਨੇ ਪੂਰੇ ਮੁਸਾਹਿਬ ਨੂੰ ਬੰਦ ਕੀਤਾ ਕਿ ਹੁਸੈਨ ਆਪਣੇ ਪੁੱਤਰ ਕੋਲ ਇੰਜ ਗਏ ਨੇ ਜਿਕਨ 6 ਮਾਂ ਦਾ ਬੱਚਾ ਆਪਣੇ ਜ਼ਿਹਨ ਵਿੱਚ ਟੁਰਦਾ ਹੈ 6 ਮਾਂ ਦਾ ਬੱਚਾ ਆਪਣੇ ਜ਼ਿਹਨ ਵਿੱਚ ਟੁਰਦਾ ਆਪਣੇ ਪੁੱਤਰ ਦੇ ਕੋਲ ਗਏ ਨੇ ਅਲੀ ਅਕਬਰ ਨੇ ਬਾਬੇ ਦੀ ਖੁਸ਼ਬੂ ਮਹਿਸੂਸ ਕੀਤੀ ਹੈ ਅੱਖਾਂ ਖੋਲੀਆਂ ਨੇ ਬਾਬੇ ਨੂੰ ਕਹਿੰਦਾ ਬਾਬਾ ਨੂੰ ਕਹਿੰਦੇ ਨੇ ਬਾਬਾ ਇੱਕ ਸਵਾਲ ਪੁੱਛਾਂ ਅਕਬਰ ਪੁੱਛ ਬਾਬਾ ਤੁਹਾਡੇ ਮੂੰਹ 'ਤੇ ਮਿੱਟੀ ਕਿਉਂ ਹੈ ਜ਼ੀਨ ਤੂੰ ਤਾਂ ਮੈਂ ਜਣਿਆ ਕਹਿੰਦੇ ਨੇ ਅਕਬਰ ਕਿਤਨੀ ਦਫ਼ਾ ਜਣਿਆ ਕਹਿੰਦੇ ਨੇ ਬਾਬਾ ਇੱਕ ਦਫ਼ਾ ਕਹਿੰਦੇ ਨੇ ਅਲੀ ਅਕਬਰ ਮੈਨੂੰ ਤੇਰੀ ਜਵਾਨੀ ਦੀ ਕਸਮ ਹੈ ਮੈਂ ਤੂੰ ਲੈ ਕੇ ਤੇਰੇ ਆਉਂਦਿਆਂ ਤੱਕ
ਪਤਾ ਨਹੀਂ ਕਿਤਨੀ ਦਫ਼ਾ ਮੈਂ ਜ਼ਮੀਨ 'ਤੇ ਜਣਿਆ। ਵਾਹ, ਤੁਹਾਡੀ ਹਾਏ ਕਬੂਲ ਫਰਮਾਏ, ਮੇਰੀ ਸਹਿਣ ਰਾਜ਼ੀ ਹੋਏ ਤੁਹਾਡੇ ਤੋਂ। ਮੈਂ ਹੈਮਿਆਂ ਤੋਂ ਲੈ ਕੇ ਤੇਰੇ ਤੱਕ ਆਉਂਦਿਆਂ ਪਤਾ ਨਹੀਂ ਕਿਤਨੀ ਦਫ਼ਾ ਜਣਿਆ। ਅਲੀ ਅਕਬਰ ਆਖਿਆ, ਬਾਬਾ ਇੱਕ ਐਂਜਾ ਸੀਨੇ 'ਤੇ, ਇੱਕ ਐਲ ਆਤ ਮੱਥੇ 'ਤੇ। ਬਾਬਾ ਬਜ਼ੁਰਗ ਦਾਕਰ ਪੜ੍ਹਦੇ ਹਨ, ਇੱਕ ਹੱਥ ਸੀਨੇ 'ਤੇ, ਇੱਕ ਮੱਥੇ 'ਤੇ। ਅਲੀ ਅਕਬਰ ਆਖਦੇ ਹਨ, ਬਾਬਾ ਪੁੱਤਰ ਦਾ ਛੇਕੜੀ ਸਲਾਮ ਹੋਵੀ। ਅਲੀ ਅਕਬਰ ਟੁਰ ਚੱਲਣਾ, ਜੀ ਬਾਬਾ, ਅਤੇ ਤੇਰੇ ਬਾਅਦ ਜੀਣਾ ਤਾਂ ਮੈਂ ਵੀ ਕੋਈ ਨਹੀਂ, ਉਂਝ ਸਲਾਮ ਕਰ ਜਿਵੇਂ ਪਹਿਲੇ ਕਰਦਾ ਆ। ਕਿਵੇਂ ਬਾਬਾ? ਪਹਿਲੇ ਤਾਂ ਦੋਵੇਂ ਹੱਥ ਮੱਥੇ 'ਤੇ ਰੱਖ ਕੇ ਕਹਿੰਦਾ ਆ, ਬਾਬਾ ਸਲਾਮ। ਬਾਬਾ ਤੂੰ ਜ਼ਹੀਫ ਏ, ਹੱਥ ਨਾ ਚਾ। ਸ਼ਬੀਰ ਆਖਿਆ, ਮੈਂ ਜ਼ਹੀਫ ਹਾਂ, ਮੈਂ ਇਬਰਾਹੀਮ ਨਹੀਂ। ਆਹਾ, ਮੈਂ ਜ਼ਹੀਫ ਹਾਂ, ਮੈਂ ਇਬਰਾਹੀਮ ਨਹੀਂ, ਮੈਂ ਫਖਰੇ ਇਬਰਾਹੀਮ ਹਾਂ, ਤੂੰ ਫਖਰੇ ਇਸਮਾਈਲ ਏ। ਮੈਂ ਫਖਰੇ ਇਬਰਾਹੀਮ ਹਾਂ, ਤੂੰ ਫਖਰੇ ਇਸਮਾਈਲ ਏ। ਅਲੀ ਅਕਬਰ ਹੱਥ ਛਾਇਆ, ਜ਼ਹੀਫ ਦੀ ਨਿਗਾਹ ਪਈਏ ਅਲੀ ਅਕਬਰ ਦੇ ਸੀਨੇ ਬਰਛੀ 'ਚ। ਅਲੀ ਅਕਬਰ ਬਰਛੀ ਕਿੱਕਣ ਲੱਗੀ ਆ, ਬਾਬਾ ਉਹਨਾਂ ਹਰਾਮੀ ਮਾਰਿਆ। ਕਿਵੇਂ? ਬਾਬਾ ਧੋਖਾ ਦੇ ਕੇ ਮਾਰਿਆ। ਅੱਛਾ, ਅਲੀ ਅਕਬਰ ਦਰਦ ਤਾਂ ਨਹੀਂ ਹੋਈ? ਨਹੀਂ ਬਾਬਾ, ਤੇਰੀ ਚੀਖ ਦੀ ਆਵਾਜ਼ ਤਾਂ ਹੈ ਮੈਂ ਤੱਕ ਆਈਏ। ਰੋ ਕੇ ਸ਼ਬੀਰ ਦਾ ਲਾਲ ਕਹਿੰਦਾ ਹੈ, ਬਾਬਾ ਮੈਨੂੰ ਬਰਛੀ ਦਾ ਦਰਦ ਨਹੀਂ ਹੋਇਆ, ਇਸ ਕਮੀ ਨੇ ਬਰਛੀ ਮਾਰ ਕੇ ਇੱਕ ਤਾਣਾ ਮਾਰਿਆ। ਕਹਿੰਦੇ ਨੇ, ਅਕਬਰ ਦੱਸ ਸਕਣਾ ਕਿ ਤਾਣਾ? ਕਹਿੰਦਾ, ਇਸ ਹਰਾਮੀ ਨੇ ਆਖਿਆ, ਮੈਂ ਸੁਣਿਆ ਤੇਰਾ ਪਿਓ ਬੜਾ ਸਾਬਰ ਏ। ਮੈਂ ਸੁਣਿਆ ਤੇਰਾ ਪਿਓ ਬੜਾ ਸਾਬਰ ਏ। ਅੱਲਾਹੁ ਅਕਬਰ, ਮੈਂ ਸੁਣਿਆ ਤੇਰਾ ਪਿਓ ਬੜਾ ਸਾਬਰ ਏ। ਅਤੇ ਅੱਜ ਅਸੀਂ ਵੇਖਦੇ ਹਾਂ ਹੁਸੈਨ ਮੌਲਾ ਤੇਰੀ ਬਰਛੀ ਕੱਢਦੇ ਨੇ, ਅਤੇ ਅਸੀਂ ਵੇਖਦੇ ਹਾਂ ਤੇਰਾ ਪਿਓ ਕਿੰਨਾ ਸਾਬਰ ਏ। ਅੱਛਾ ਅਕਬਰ, ਤੂੰ ਕੀ ਕਹਿੰਦਾ, ਤੇਰੀ ਕਿ ਮਨਸ਼ਾ ਏ? ਬਾਬਾ ਮੈਂ ਅਲੀ ਦਾ ਪੋਤਰ ਹਾਂ, ਜਿਕਣ ਤੁਸੀਂ ਆਖੋ। ਅਲੀ ਅਕਬਰ ਫਿਰ ਬਰਛੀ ਕੱਢੀਏ, ਇਹਨਾਂ ਨੂੰ ਵੀ ਦੱਸੀਏ ਕਿ ਹੁਸੈਨ ਕਿਤਨਾ ਸਾਬਰ ਏ, ਹੁਸੈਨ ਕਿਤਨਾ ਸਾਬਰ ਏ। ਅਲੀ ਅਕਬਰ ਆਖਿਆ, ਬਾਬਾ ਇੱਕ ਗੱਲ ਦਾ ਖਿਆਲ ਰੱਖੋ, ਜਿਨ੍ਹਾਂ ਮੈਨੂੰ ਬਰਛੀ ਮਾਰੀ ਹੈ ਨਾ, ਉਹ ਟਿੱਬੇ ਤੋਂ ਲੁੱਕ ਕੇ ਮੈਨੂੰ ਵੇਖ ਰਹੇ ਨੇ, ਟਿੱਬੇ ਤੋਂ ਲੁੱਕ ਕੇ ਮੈਨੂੰ ਵੇਖ ਰਹੇ ਨੇ ਕਿ ਹੁਸੈਨ ਬਰਛੀ ਕਿੰਝ ਕੱਢਦਾ। ਕਹਿੰਦੇ ਨੇ, ਇਕੱਲੇ ਉਹ ਨਹੀਂ ਵੇਖਦੇ ਪਏ, ਉਹ ਵੇਖ ਟਿੱਬੇ ਦੇ ਨਾਲ 125,000 ਨਬੀਆਂ ਦੀ ਕਤਾਰ ਏ। ਆਹਾ, ਕਹਿੰਦੇ ਨੇ ਅਲੀ ਅਕਬਰ ਜ਼ਖਮੀ ਹੱਥ ਦਾ ਇਸ਼ਾਰਾ ਕਰ ਕਹਿੰਦੇ ਨੇ, ਅਲੀ ਅਕਬਰ ਉਹ ਵੇਖੀ ਕਾਲੇ ਬੁਰਖੇ ਵਾਲੀ? ਕਹਿੰਦੇ ਨੇ, ਜੀ ਉਹ ਦਾਦੀ ਹਾਜ਼ਰਾ ਏ। ਉਹ ਵੇਖੀ ਲਿਬਾਸ ਕਾਲੇ ਵਾਲਾ? ਕਹਿੰਦੇ, ਜੀ ਉਹ ਦਾਦਾ ਇਬਰਾਹੀਮ ਹੀ। ਉਹ ਵੇਖੀ ਉਹ ਦਾਦਾ ਇਸਮਾਈਲ ਹੀ? ਕਹਿੰਦੇ ਨੇ, ਫਿਰ ਬਾਬਾ ਸੱਜੇ ਪਾਸੋਂ ਉੱਠੋ, ਖੱਬੇ ਪਾਸੇ ਆਓ। ਅਕਬਰ ਕੋਈ ਰਾਜ਼ ਏ? ਨਹੀਂ ਬਾਬਾ, ਮਤੇ ਦਾਦੀ ਹਾਜ਼ਰਾ ਆਖੇ, ਮਾਂ ਤੇ ਕੰਢ ਪੀ ਹੁੰਦੀ ਏ, ਹੈਮੇ ਆਲ ਤਾਂ ਪੁੱਤਰ ਦੀ ਬਰਛੀ ਕੱਢ ਦੇ। ਆਹਾ, ਅੱਛਾ ਅਕਬਰ ਹੁਣ ਬਰਛੀ ਕੱਢੀਏ। ਹੁਸੈਨ ਮੌਲਾ ਨੇ ਪੁੱਤਰ ਨੂੰ ਆਖਿਆ, ਇੱਕ ਗੱਲ ਯਾਦ ਰੱਖੀ,
ਸਵਾ ਲੱਖ ਨਬੀ ਵੇਖਦੇ ਨੇ ਪੇ, ਤੂੰ ਹਿਲਣਾ ਨਹੀਂ ਹੈ, ਮੈਂ ਬਰਸੀ ਕੱਢਣਾ। ਹੁਸੈਨ ਅਲੀ ਅਕਬਰ ਫਰਮਾਉਂਦੇ ਨੇ, ਬਾਬਾ ਮੈਂ ਤੁਹਾਡਾ ਪੁੱਤਰ ਹਾਂ, ਮੈਂ ਸਾਬਰ ਪਿਓ ਦਾ ਪੁੱਤਰ ਹਾਂ, ਮੈਂ ਨਹੀਂ ਹਿਲਦਾ। ਹੁਸੈਨ ਮੌਲਾ ਇੱਕ ਹੱਥ ਅਲੀ ਅਕਬਰ ਦੇ ਸੀਨੇ 'ਤੇ ਰੱਖਿਆ, ਇੱਕ ਹੱਥ ਬਰਛੀ ਨੂੰ ਜਾ ਪਾਇਆ। ਅਲੀ ਅਕਬਰ, ਬਰਛੀ ਕੱਢਾਂ? ਜੀ ਬਾਬਾ। ਜਦ ਅਲੀ ਅਕਬਰ ਪਹਿਲ ਜਾ ਸ਼ਬੀਰ ਪਹਿਲਾ ਹਲਾਵਾ ਬਰਛੀ ਨੂੰ ਦਿੱਤਾ, ਕਰਬਲਾ ਦੀ ਜ਼ਮੀਨ ਹਲ ਗਈ, ਅਰਸ਼ ਹਲ ਗਿਆ। ਦੂਜਾ ਹਲਾਵਾ ਦਿੱਤਾ, ਹੂਰਾਂ ਦੇ ਵਾਲ ਖੁੱਲ੍ਹ ਗਏ, ਮਲਾਇਕਾ ਦੀਆਂ ਤਸਬੀਆਂ ਡੇਗੀਆਂ। ਜਦ ਤੀਜਾ ਹਲਾਵਾ ਦਿੱਤਾ, ਅਲੀ ਅਕਬਰ ਰੋ ਕਹਿੰਦਾ, ਬਾਬਾ ਮੈਂ ਨਹੀਂ ਹਿਲਿਆ, ਕਰਬਲਾ ਦੀ ਜ਼ਮੀਨ ਹਿਲ ਗਈ ਹੈ। ਹੁਸੈਨ ਆਦ ਨੇ ਅਲੀ ਅਕਬਰ, ਇਕੱਲੀ ਜ਼ਮੀਨ ਨਹੀਂ ਹਿਲੇ, ਅੱਲਾ ਦਾ ਅਰਸ਼ ਵੀ ਹਿਲ ਗਿਆ ਹੈ। ਜਦ ਚੌਥਾ ਹਲਾਵਾ ਦਿੱਤਾ, ਦੋ ਹੱਥ ਆਏ ਨੇ ਅਲੀ ਅਕਬਰ ਦੇ ਸੀਨੇ 'ਤੇ। ਹੁਸੈਨ ਬਾਦਸ਼ਾਹ ਫਰਮਾਇਆ, ਇਹ ਕੌਣ ਹੈ? ਮੇਰੀ ਸੈਣ ਰੋਗ ਕਹਿੰਦੇ ਨੇ, ਦਾਦੀਆਂ ਨੂੰ ਪੋਤਰੇ ਬੜੇ ਪਿਆਰੇ ਹੁੰਦੇ ਹਨ, ਮੈਂ ਤੇਰੀ ਮਾਂ, ਮੈਂ ਜੰਨਤੁਲ ਬਕੀਆ ਛੋੜ ਆਈ ਹਾਂ। ਹਾ ਹੁਸੈਨ ਮੌਲਾ ਆਖਿਆ, ਮਾਂ ਮੈਂ ਜਾਣਾ, ਮੇਰਾ ਅਲੀ ਅਕਬਰ ਜਾਣੇ, ਤੁਸੀਂ ਪਿੱਛੇ ਹੋ ਜਾਓ, ਮੇਰੀ ਸੈਣ ਪਿੱਛੇ ਹੋਏ। ਅਲੀ ਅਕਬਰ ਨੇ ਆਖਿਆ, ਬਾਬਾ ਜਦ ਪੰਜਵਾਂ ਮਾਰ ਲੱਗੇ ਨਾ ਹਲਾਵਾ, ਅਲੀ ਅਕਬਰ ਨੇ ਆਖਿਆ, ਬਾਬਾ ਮੈਂ ਵੇਖਿਆ ਉਹ ਬੜੀ ਜ਼ਾਲਮ ਬਰਛੀ ਆਈ, ਉਹਦੇ ਜਿਹੜੇ ਮੂੰਹ ਆਏ ਅੱਗੂ ਖੜੇ ਸੀ। ਕਹਿੰਦੇ ਨੇ ਅਲੀ ਅਕਬਰ ਕਿਵੇਂ? ਕਹਿੰਦੇ ਬਾਬਾ ਦੋਵੇਂ ਜ਼ਾਨੂ ਮੇਰੇ ਸੀਨੇ 'ਤੇ ਰੱਖੋ ਅਤੇ ਆਪਣੇ ਬਾਬੇ ਵਾਲਾ ਜ਼ੋਰ ਲਾ ਕੇ ਮੇਰੇ ਸੀਨੇ 'ਚੋਂ ਬਰਛੀ ਕੱਢੋ। ਹੁਸੈਨ ਮੌਲਾ ਦੋਵੇਂ ਬਿਸਮਿਲ੍ਲਾ ਪੜ੍ਹ ਕੇ ਦੋਵੇਂ ਜ਼ਾਨੂ ਆਪਣੇ ਪੁੱਤਰ ਦੇ ਸੀਨੇ 'ਤੇ ਰੱਖੇ ਨੇ। ਜਦ ਸੀਨੇ 'ਤੇ ਰੱਖੇ ਨਾ, ਸੱਜਾ ਹੱਥ ਆਪਣੇ ਪੁੱਤਰ ਦੇ ਸੀਨੇ 'ਤੇ, ਖੱਬਾ ਹੱਥ, ਸੱਜਾ ਹੱਥ ਬਰਛੀ ਦੇ ਵਿੱਚ। ਕਹਿੰਦੇ ਨੇ ਅਕਬਰਾ ਚੱਲ ਅੱਲਾ ਦੇ ਹਵਾਲੇ। ਇਤਨੀ ਗੱਲ ਕੀਤੀ ਹੈ, ਜਦ ਪੰਜਵਾਂ ਹਲਾਵਾ ਦਿੱਤਾ ਨਾ ਅਲੀ ਅਕਬਰ ਹੁਸੈਨ ਬਾਦਸ਼ਾਹ ਬਰਛੀ ਨੂੰ, ਅਤੇ ਅਲੀ ਅਕਬਰ ਇੱਕ ਵਾਰੀ ਤੜਪੇ ਨੇ। ਹੁਸੈਨ ਬਾਦਸ਼ਾਹ ਜਿਸ ਟਾਈਮ ਪੰਜਵਾਂ ਹਲਾਵਾ ਦੇ ਕੇ ਜਿੱਦਾਂ ਜ਼ੋਰ ਲਾਇਆ ਨਾ, ਇਕੱਲੀ ਬਰਛੀ ਨਹੀਂ, ਨਾਲ ਜਵਾਨ ਦਾ ਜਿਗਰ ਵੀ ਆ ਗਿਆ। ਇਕੱਲੀ ਬਰਛੀ ਨਹੀਂ, ਜਵਾਨ ਦਾ ਜਿਗਰ ਵੀ ਆ ਗਿਆ। ਤਾਂ ਹੀ ਬਜ਼ੁਰਗ ਜ਼ਾਕਰ ਪੜ੍ਹਦੇ ਹਨ, ਰੱਖ ਜ਼ਾਨੂ ਪੁੱਤਰ ਦੇ ਸੀਨੇ 'ਤੇ, ਸ਼ਾਹ ਬਰਛੀ ਨੂੰ ਹੱਥ ਪਾਇਆ, ਲੈ ਕਲੇਜਾ ਨਾਲ ਅਕਬਰ ਦਾ। ਹਾਂ ਅਕਬਰ ਅੱਖਾਂ ਬੰਦ ਹੋ ਗਈਆਂ ਮੇਰੇ ਸਰਕਾਰ ਦੀਆਂ। ਅਕਬਰਾ ਅੱਖਾਂ ਖੋਲ, ਮੈਂ ਵੇ ਮੇਰੀ ਕਮਰ ਟੁੱਟ ਗਈ ਆ। ਬਾਬਾ ਨਹੀਂ, ਬਾਦਸ਼ਾਹ ਅੱਖਾਂ ਖੋਲੀਆਂ ਜਦੋਂ ਵੇਖਿਆ ਨਾ ਹੁਸੈਨ ਮੌਲਾ ਅਲੀ ਅਕਬਰ ਅੱਖਾਂ ਨਹੀਂ ਖੋਲਦਾ। ਹੁਸੈਨ ਮੌਲਾ ਐਸਾ ਵੈਣ ਕੀਤਾ ਅਲੀ ਅਕਬਰ ਦੀਆਂ, ਅਲੀ ਅਕਬਰ ਦੀਆਂ ਅੱਖਾਂ ਖੁੱਲੀਆਂ ਨੇ। ਅਲੀ ਅਕਬਰ ਰੋ ਕੇ ਕਹਿੰਦੇ ਨੇ, ਹਾਏ ਸੁਗਰਾ, ਆ ਹਾਏ ਸੁਗਰਾ, ਤੇਰੇ ਭਰਾ ਦੀ ਜੰਝ ਚੜ ਗਈ ਆ। ਹੁਸੈਨ ਮੌਲਾ ਆਖਿਆ, ਮੈਂ ਬੈਣ ਨਾਲ ਵਾਅਦਾ ਕਰ ਆਇਆ ਅਤੇ ਮੈਂ ਤੈਨੂੰ ਜੀਂਦਿਆਂ ਅਕਬਰ ਮਿਲਾਵਾਂਗਾ। ਹੁਸੈਨ ਮੌਲਾ ਆਪਣੇ ਪੁੱਤਰ ਨੂੰ ਚਾਇਆ,
ਹੈਮਿਆਂ ਦੇ ਕੁਝ ਕਦਮ ਟੁਰਦੇ ਨੇ ਆਪਣੇ ਪੁੱਤਰ ਨੂੰ ਚੁੰਮਦੇ ਨੇ, ਕੁਝ ਕਦਮ ਟੁਰਦੇ ਨੇ ਆਪਣੇ ਪੁੱਤਰ ਨੂੰ ਚੁੰਮਦੇ ਨੇ। ਜਦ ਵੇਖਿਆ ਨਾ ਹੁਣ ਅਲੀ ਅਕਬਰ ਨਹੀਂ ਬਚਦਾ, ਵੇਖਿਆ ਹੁਣ ਅਲੀ ਅਕਬਰ ਨਹੀਂ ਬਚਦਾ, ਕਰਬਲਾ ਦੀ ਗਰਮ ਜ਼ਮੀਨ 'ਤੇ ਲਟਾ ਕੇ ਕਹਿੰਦੇ, ਜਿੰਨਾ ਮਿਲਣਾ ਜਿੰਦਿਆਂ ਆਇਓ ਅਕਬਰ ਕੋ ਜਲਦੀ ਬਾਹਰ ਆ ਜਾਓ, ਮੇਰਾ ਨਹੀਂ ਬਚਦਾ ਹਾਇਓ ਦਾੜੀ ਲਾਂਦਾ, ਮੈਨੂੰ ਪੁੱਤਰ ਕਿਵੇਂ ਪਰਚਾਓ। ਅੱਲਾਹੁਮਾ ਸੱਲੀ ਅਲਾ